ਕਹਿੰਦੇ ਸਾਡੇ ਸਿੰਘ ਉਹਨਾਂ ਦੀ ਮਦਦ ਸਿੱਖ ਰਿਲੀਫ ਵਾਲੇ ਕਰਦੇ ਨੇ, ਤੇ ਮੈਨੂੰ ਲੱਗਿਆ ਵੀ ਠੀਕ ਆ ਜੇ ਮੇਰੇ ਇੱਕ ਟੀ ਸ਼ਰਟ ਪਾ ਕੇ ਕੰਮ ਕਰਨ ਦੇ ਨਾਲ, ਮੈਂ ਆਪਦੀ ਟੀ ਸ਼ਰਟ ਪਾਈ ਉਹਨਾਂ ਦੀ ਟੀ ਸ਼ਰਟ ਪਾ ਕੇ ਕੰਮ ਕਰਨ ਦੇ ਨਾਲ, ਤੇ ਉਹ ਵੀ ਉਹ ਸਿੱਖ ਰਿਲੀਫ ਵਾਲੇ ਜਿਹੜੇ ਉੱਥੇ ਪਾਣੀ ਦੀ ਸੇਵਾ ਕਰ ਰਹੇ ਸੀ, ਪਾਣੀ ਦੀ ਸੇਵਾ ਲੈ ਕੇ ਆਏ ਸੀਗੇ, ਤਾਂ ਕੀ ਫਰਕ ਪੈ ਜੂਗਾ? ਮੈਂ ਟੀ ਸ਼ਰਟ ਪਾ ਕੇ ਉਹਨਾਂ ਦੀ ਜਿਹੜੀ ਟੀ ਸ਼ਰਟ ਸੀਗੀ ਉਹ ਪਾ ਕੇ ਮੈਂ ਉੱਥੇ ਜਿਹੜਾ ਹੈਗਾ ਕੰਮ ਕੀਤਾ, ਨਾ ਤਾਂ ਸਿੱਖ ਰਿਲੀਫ ਦੇ ਉੱਤੇ ਕੋਈ ਪੁਆਇੰਟ ਆਊਟ ਕੀਤਾ ਹੈ ਵੀ ਉਹ ਫੰਡ ਰੇ, ਮੈਂ ਸਿਰਫ ਇੰਨੀ ਗੱਲ ਆ ਕਿ ਜਿਹੜਾ ਉਹ ਫੰਡ ਰੇਸ ਕਰ ਰਹੇ ਨੇ ਉਸ ਫੰਡ ਦੇ ਨਾਲ ਮੇਰਾ ਜਾਂ ਮੇਰੇ ਨਾਲ ਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਗਾ। ਤੁਸੀਂ ਆਪ ਤਾਂ ਘਰੇ ਬੈਠੇ ਹੋ, ਆਪ ਤੁਸੀਂ ਕੋਈ ਕੰਮ ਕਰਨਾ ਨਹੀਂ, ਜਿਹੜਾ ਕੋਈ ਕੰਮ ਕਰਦਾ ਉਹਨੂੰ ਤੁਸੀਂ ਕਰਨ ਦਿੰਦੇ ਨਹੀਂ। ਮੈਂ ਪੋਸਟ ਸ਼ੇਅਰ ਕੀਤੀ ਖੁਸ਼ੀ ਖੁਸ਼ੀ, ਮੈਨੂੰ ਪਿੱਛੋਂ ਚਾਰ ਕੁੜੀਆਂ ਦਾ ਹੋਰ ਫੋਨ ਆ ਗਿਆ, ਦੀਦੀ ਅਸੀਂ ਵੀ ਕੱਲ੍ਹ ਤੁਹਾਡੇ ਨਾਲ ਜਾਣਾ ਆ। ਆਹ ਚੀਜ਼ ਹੁੰਦੀ ਆ, ਇਹ ਪਰਪਸ ਸੀਗਾ ਮੇਰਾ ਜਿਹੜਾ ਪੋਸਟ ਪਾਉਣ ਦਾ ਕਿ ਹਾਂ ਅਸੀਂ ਕਰਾਂਗੇ, ਸਾਨੂੰ ਦੇਖ ਕੇ ਹੋਰ ਲੋਕ ਕਰਦੇ ਆ। ਵਕੀਲ ਸਿਮਰਨਜੀਤ ਕੌਰ ਗਿੱਲ ਜੋ ਕਿ ਹਮੇਸ਼ਾ ਹਰ ਇੱਕ ਮੁੱਦੇ ਤੇ ਵਿਵਾਕ ਰਾਏ ਰੱਖਦੀ ਹੈ ਤੇ ਨਿਡਰ ਹੋ ਕੇ ਲੜਦੀ ਹੈ। ਇਨ੍ਹੀਂ ਦਿਨੀ ਸਿਮਰਨਜੀਤ ਕੌਰ ਗਿੱਲ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਦੇ ਲਈ ਜਲੰਧਰ ਦੇ ਲੋਹੀਆਂ ਖਾਸ ਨੇੜੇ ਪਿੰਡ ਵਿੱਚ ਪਹੁੰਚੀ, ਜਿੱਥੇ ਸਿਮਰਨ ਆਪਣੀ ਸੰਸਥਾ ਲੋਕ ਲਹਿਰ ਬੈਨਰ ਹੇਠ ਕੰਮ ਕਰ ਰਹੀ ਸੀ। ਇਸੇ ਦੌਰਾਨ ਸਿਮਰਨ ਦੀ ਮੁਲਾਕਾਤ ਸਿੱਖ ਰਿਲੀਫ ਵਾਲਿਆਂ ਦੀ ਟੀਮ ਨਾਲ ਹੋਈ। ਮਹਿਲਾ ਵਕੀਲ ਦੇ ਮੁਤਾਬਿਕ ਸਿੱਖ ਰਿਲੀਫ ਵਾਲਿਆਂ ਨੇ ਬੇਨਤੀ ਕੀਤੀ ਕਿ ਸਿਮਰਨ ਦੀ ਸੰਸਥਾ ਲੋਕ ਲਹਿਰ ਦੀ ਟੀਮ ਸਿੱਖ ਰਿਲੀਫ ਵਾਲਿਆਂ ਨਾਲ ਮਿਲ ਕੇ ਕੰਮ ਕਰੇ, ਉਹਨਾਂ ਦੀਆਂ ਟੀ ਸ਼ਰਟਾਂ ਪਾ ਲਵੇ, ਜਿਸ ਨੂੰ ਲੈ ਕੇ ਸਿਮਰਨ ਨੇ ਉਹ ਟੀ ਸ਼ਰਟ ਪਾ ਲਈ। ਬਸ ਟੀ ਸ਼ਰਟ ਪਾਉਣ ਦੀ ਦੇਰ ਸੀ ਕਿ ਇਸ ਤੋਂ ਬਾਅਦ ਇੱਕ ਨਵਾਂ ਵਿਵਾਦ ਸਿਮਰਨਜੀਤ ਕੌਰ ਗਿੱਲ ਨਾਲ ਜੁੜ ਗਿਆ, ਕਿਉਂਕਿ ਸਿੱਖ ਰਿਲੀਫ ਆਸਟ੍ਰੇਲੀਆ ਵੱਲੋਂ ਫੋਟੋਆਂ ਜਾਰੀ ਕਰਕੇ ਫੇਸਬੁੱਕ ਜ਼ਰੀਏ ਪੰਜਾਬ ਦੇ ਹੜ੍ਹ ਪੀੜਤਾਂ ਲਈ ਫੰਡ ਵੀ ਨਾਲੋਂ ਨਾਲ ਇਕੱਠਾ ਕੀਤਾ ਜਾ ਰਿਹਾ ਸੀ। ਜਿਵੇਂ ਹੀ ਇਸ ਗੱਲ ਦੀ ਭਿਣਕ ਸਿਮਰਨਜੀਤ ਕੌਰ ਨੂੰ ਲੱਗੀ ਤਾਂ ਉਹਨਾਂ ਨੇ ਪੋਸਟ ਪਾ ਕੇ ਕਿਹਾ ਕਿ ਜੋ ਫੰਡ ਸਿੱਖ ਰਿਲੀਫ ਵੱਲੋਂ ਇਕੱਠਾ ਕੀਤਾ ਜਾ ਰਿਹਾ ਹੈ ਉਸ ਨਾਲ ਉਸਦੀ ਤੇ ਉਸਦੀ ਟੀਮ ਸੰਸਥਾ ਲੋਕ ਲਹਿਰ ਨਾਲ ਕੋਈ ਸੰਬੰਧ ਨਹੀਂ। ਜਿਸ ਤੋਂ ਬਾਅਦ ਵਿਰਜੀਤ ਸਿੰਘ ਸੁੱਖਾ ਨਾਮ ਦੀ ਫੇਸਬੁੱਕ ਆਈਡੀ ਤੋਂ ਇੱਕ ਫੋਟੋ ਪਾਈ ਜਾਂਦੀ ਹੈ, ਜਿਸ 'ਚ ਲਿਖਿਆ ਕਿ ਜੇਕਰ ਇਸ ਵਕੀਲਣੀ ਦਾ ਸਿੱਖ ਰਿਲੀਫ ਵਾਲਿਆਂ ਨਾਲ ਕੋਈ ਸੰਬੰਧ ਨਹੀਂ ਤਾਂ ਇਹ ਟੀਮ ਦੀਆਂ ਟੀ ਸ਼ਰਟਾਂ ਕਿਉਂ ਪਾਈ ਬੈਠੀ ਹੈ। ਇਸ ਦੇ ਨਾਲ ਹੀ ਸਿਮਰਜੀਤ ਕੌਰ ਗਿੱਲ ਦਾ ਲਿੰਕ ਵੀ ਪਾਇਆ ਗਿਆ, ਜਿਸ ਵਿੱਚ ਉਸਨੇ ਮੰਨਿਆ ਕਿ ਉਸਦਾ ਕੋਈ ਵੀ ਸੰਬੰਧ ਸਿੱਖ ਰਿਲੀਫ ਵਾਲਿਆਂ ਨਾਲ ਨਹੀਂ। ਬਿਨਾਂ ਸੋਚੇ ਸਮਝੇ ਪਾਈ ਗਈ ਇਸ ਪੋਸਟ ਦੇ ਵਕੀਲ ਹਰਸਿਮਰ ਕੌਰ ਗਿੱਲ ਦਾ ਗੁੱਸਾ ਭੜਕ ਉੱਠਿਆ ਤੇ ਲਾਈਵ ਹੋ ਕੇ ਗਲਤ ਸੋਚਣ ਵਾਲਿਆਂ ਨੂੰ ਖੁੱਲਾ ਚੈਲੰਜ ਕੀਤਾ। ਮੈਂ ਤੁਹਾਡੇ ਨਾਲ 4-5 ਗੱਲਾਂ ਕਰਨੀਆਂ ਨੇ, ਬਹੁਤਾ ਟਾਈਮ ਮੇਰੇ ਕੋਲ ਵੀ ਹੈ ਨਹੀਂ ਗਿਆ ਕਿਉਂਕਿ ਸਵੇਰ ਦਾ ਮੇਰਾ ਦਿਮਾਗ ਖਪਾਇਆ ਪਿਆ ਆ। ਅਸੀਂ ਜਦੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਗਏ ਹਾਂ ਉੱਥੇ, ਤਾਂ ਉੱਥੇ ਸਿੱਖ ਰਿਲੀਫ ਵਾਲੇ ਸੀਗੇ ਅਮਨਦੀਪ ਸਿੰਘ ਪਿੰਡ ਵਾਜਾ ਖਾਨਾ ਤੋਂ, ਉਹਨਾਂ ਕੋਲ ਉਹਨਾਂ ਦੀ ਟੀਮ ਨਹੀਂ ਸੀਗੀ ਤੇ ਉਹ ਨਾਲ ਸੀਗੇ ਸਾਡੇ। ਉਹ ਕਹਿੰਦੇ ਵੀ ਤੁਸੀਂ ਵੀ ਸਾਡੀਆਂ ਟੀ ਸ਼ਰਟ ਪਾ ਲਓ, ਵੀ ਸਾਡੀ ਸਿੱਖ ਰਿਲੀਫ ਵੀ ਬਹੁਤ ਕੰਮ ਕਰਦੀ ਹੈ ਪ੍ਰਮੋਸ਼ਨ। ਥੋੜ੍ਹਾ ਬਹੁਤ ਮੈਨੂੰ ਸਿੱਖ ਰਿਲੀਫ ਬਾਰੇ ਪਤਾ ਸੀ ਕਿਉਂਕਿ ਮੈਂ ਪਿੱਛੇ ਜੇ ਭਾਈ ਸ਼ਮਸ਼ੇਰ ਸਿੰਘ ਜੀ ਜਿਹੜੇ ਬੇਅੰਤ ਸਿੰਘ ਆਪਣਾ ਮਰਡਰ ਸੀਗਾ, ਕਾਂਡ ਸੀਗਾ, ਕਤਲਕਾਂਡ ਸੀਗਾ, ਉਹਦੇ ਜਿਹੜੇ ਦੋਸ਼ੀ ਨੇ ਉਹ ਪਰੋਲ 'ਤੇ ਆਏ ਹੋਏ ਸੀ, ਮੈਂ ਉਹਨਾਂ ਨੂੰ ਮਿਲੀ ਸੀ ਤਾਂ ਉਹਨਾਂ ਨੇ ਦੱਸਿਆ ਸੀ, ਉਹਨਾਂ ਨੇ ਘਰ ਦਿਖਾਇਆ ਆਪਣਾ ਕਿ ਜਿਹੜਾ ਇਹ ਸਾਡਾ ਘਰ ਆ ਵੀ ਇਹ ਸਿੱਖ ਰਿਲੀਫ ਵਾਲਿਆਂ ਨੇ ਪਵਾ ਕੇ ਦਿੱਤਾ ਆ। ਅਤੇ ਮੈਨੂੰ ਪਤਾ ਸੀਗਾ ਕਿ ਜਿਹੜੇ ਸਾਡੇ ਸਿੰਘ ਉਹਨਾਂ ਦੀ ਮਦਦ ਸਿੱਖ ਰਿਲੀਫ ਵਾਲੇ ਕਰਦੇ ਨੇ, ਅਤੇ ਮੈਨੂੰ ਲੱਗਿਆ ਵੀ ਠੀਕ ਆ ਜੇ ਮੇਰੇ ਇੱਕ ਟੀ ਸ਼ਰਟ ਪਾ ਕੇ ਕੰਮ ਕਰਨ ਦੇ ਨਾਲ, ਮੈਂ ਆਪਦੀ ਟੀ ਸ਼ਰਟ ਪਾਈ ਉਹਨਾਂ ਦੀ ਟੀ ਸ਼ਰਟ ਪਾ ਕੇ ਕੰਮ ਕਰਨ ਦੇ ਨਾਲ, ਤੇ ਉਹ ਵੀ ਉਹ ਸਿੱਖ ਰਿਲੀਫ ਵਾਲੇ ਜਿਹੜੇ ਉੱਥੇ ਪਾਣੀ ਦੀ ਸੇਵਾ ਕਰ ਰਹੇ ਸੀ, ਪਾਣੀ ਦੀ ਸੇਵਾ ਲੈ ਕੇ ਆਏ ਸੀਗੇ, ਤਾਂ ਕੀ ਫਰਕ ਪੈ ਜੂਗਾ? ਮੈਂ ਟੀ ਸ਼ਰਟ ਪਾ ਕੇ ਉਹਨਾਂ ਦੀ ਜਿਹੜੀ ਟੀ ਸ਼ਰਟ ਸੀਗੀ ਉਹ ਪਾ ਕੇ ਮੈਂ ਉੱਥੇ ਜਿਹੜਾ ਹੈਗਾ ਕੰਮ ਕੀਤਾ। ਹੁਣ ਜਿਹੜੀ ਸਾਡੀ ਇੱਥੇ ਦੀ ਮਾੜੀ ਮਾਨਸਿਕਤਾ ਲੋਕਾਂ ਦੀ, ਮੈਂ ਗੱਲ ਇੰਨੀ ਕੁ ਕਲੀਅਰ ਕੀਤੀ ਆ, ਮੈਂ ਉਹਨਾਂ ਦੇ ਨਾਂ ਦਾ ਸਿੱਖ ਰਿਲੀਫ ਦੇ ਉੱਤੇ ਕੋਈ ਪੁਆਇੰਟ ਆਊਟ ਕੀਤਾ ਆ ਵੀ ਉਹ ਫੰਡ ਰੇ, ਮੈਂ ਸਿਰਫ ਇੰਨੀ ਗੱਲ ਆ ਕਿ ਜਿਹੜਾ ਉਹ ਫੰਡ ਰੇਜ਼ ਕਰ ਰਹੇ ਨੇ ਉਸ ਫੰਡ ਦੇ ਨਾਲ ਮੇਰਾ ਜਾਂ ਮੇਰੇ ਨਾਲ ਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਗਾ, ਪਹਿਲੀ ਗੱਲ। ਠੀਕ ਆ, ਅਗਲੇ ਕਰ ਰਹੇ ਨੇ ਉਹਨਾਂ ਨੇ ਕਿਹੜਾ ਉਹ ਪੈਸੇ ਆਪਦੇ ਪੱਲੇ ਪਾ ਕੇ ਜਾਂ ਖਾ ਜਾਣੇ ਹੋਣੇ ਆ, ਉਹਨਾਂ ਨੇ ਵੀ ਉੱਥੇ ਕੰਮਾਂ 'ਚ ਹੀ ਲਾਉਣੇ ਆ ਕਿਉਂਕਿ ਉਹਨਾਂ ਦੇ ਕੰਮ ਦੇਖਦੇ ਨੇ ਤੇ ਉਹ ਵੈਸੇ ਵੀ ਆਪਦੇ ਪੇਜ ਦੇ ਉੱਤੇ ਇਕੱਲੀ ਇਕੱਲੀ ਚੀਜ਼ ਮੈਂਸ਼ਨ ਕਰਦੇ ਆ, ਜਿਵੇਂ ਕਿ ਆਪਣੀ ਹੈਗੀ ਆ ਖਾਲਸਾ ਏਡ ਕੰਮ ਕਰਦੇ, ਬਸ ਇਹ ਖਾਲਸਾ ਏਡ ਦਾ ਨਾਮ ਬਣਿਆ ਹੋਇਆ, ਇਹ ਸਿੱਖ ਰਿਲੀਫ ਦਾ ਨਾਮ ਨਹੀਂ ਹੈਗਾ ਹਲੇ, ਸੋ ਇਹ ਚੀਜ਼ ਮੈਂਸ਼ਨ ਕਰਨੀ ਸੀ। ਦੂਜੀ ਗੱਲ ਆ ਮੇਰੀ ਜਿਹੜੀ ਬਹੁਤ ਜ਼ਿਆਦਾ ਆ, ਬਈ ਜੇ ਕੋਈ ਕੰਮ ਕਰਦਾ ਨਾ ਚੰਗਾ, ਉਹਨੂੰ ਕੰਮ ਚੰਗਾ ਕਰ ਲੈਣ ਦੇਈਦਾ ਹੁੰਦਾ। ਤੁਸੀਂ ਜਿਹੜੇ ਲੋਕ, ਕਿਉਂਕਿ ਜਿਹੜੇ ਲੋਕ ਫੇਸਬੁੱਕ ਤੇ ਬੈਠ ਕੇ ਇਕੱਲੇ ਕਮੈਂਟਸ ਕਰਦੇ ਨੇ ਨਾ, ਮੈਂ ਅੱਜ ਦੁਖੀ ਹੋ ਕੇ ਉਹਨਾਂ ਲੋਕਾਂ ਬਾਰੇ ਬੋਲ, ਜਾਂ ਕੋਈ ਪੁੱਠੇ ਸਿੱਧੇ ਸਟੇਟਸ ਪਾ ਕੇ, ਇਹ ਤੁਹਾਡੀ ਮਾੜੀ ਮਾਨਸਿਕਤਾ ਦਿਖਾਉਂਦੀਆਂ ਨੇ ਇਹ ਚੀਜ਼ਾਂ। ਤੁਸੀਂ ਜਿਹੜਾ ਸਾਨੂੰ, ਮਤਲਬ ਮੇਰਾ ਸੱਚੀ ਇੱਕ ਵਾਰ ਤਾਂ ਦਿਲ ਟੁੱਟ ਗਿਆ ਕਿ ਮੈਂ ਕੀ ਕਰਨਾ ਕੰਮ ਕਰਕੇ, ਮੈਨੂੰ ਕੀ ਲੋੜ ਪਈ ਆ ਕੰਮ ਕਰਨ ਦੀ, ਮੈਂ ਬੈਠ ਕੇ ਆਪਣੇ ਘਰੇ ਆਰਾਮ ਨਾਲ ਬੈਠਾ
ਜਾਂ ਇਹ ਵਕਾਲਤ ਕਰਦੀ ਆ ਏਸੀ ਰੂਮ ਦੇ ਵਿੱਚ ਬੈਠਾ ਜਾ ਕੇ ਆਪਣਾ ਕੋਰਟ ਦਾ ਕੰਮ ਕਰਾਂ, ਮੈਨੂੰ ਕੀ ਲੋੜ ਪਈ ਆ ਇੰਨਾ ਖੱਜਲ ਹੋਣ ਦੀ? ਕਿਹੜੀ ਗੱਲੋਂ ਖੱਜਲ ਹੋਈ ਆ? ਮੈਨੂੰ ਨਹੀਂ ਦੇਖਿਆ ਜਾਂਦਾ ਹੈਗਾ ਜਦੋਂ ਕੋਈ ਦੁਖੀ ਆ ਕੇ ਮੈਨੂੰ ਬੋਲਦਾ। ਅੱਜ ਸਵੇਰ ਦਾ ਮੈਂ ਆਪਣਾ ਨੰਬਰ ਦਿੱਤਾ ਹੋਇਆ ਉੱਥੇ ਕਿ ਹਾਂਜੀ ਮਦਦ ਕਰਾਂਗੇ, ਮੈਨੂੰ ਸਵੇਰ ਦੀਆਂ 100 ਕਾਲਸ ਆ ਚੁੱਕੀਆਂ ਹੋਣੀਆਂ, ਰੋਜ਼ ਫੋਨ ਤੇ ਫੋਨ ਲੋਕਾਂ ਦੇ ਆਉਂਦੇ ਨੇ। ਠੀਕ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਹੈਗਾ ਕਿ ਜੇ ਲੋਕ ਕੁਛ ਸਮਝਦੇ ਆ ਕਾਬਿਲ ਤਾਂ ਹੀ ਕੰਮ ਲਈ ਲੋਕ ਕੰਟੈਕਟ ਕਰਦੇ ਨੇ, ਤੇ ਆ ਜਿਹੜੇ ਲੋਕ ਸਾਡੇ ਪੰਜਾਬ ਜਿਹੜਾ ਸਾਡਾ ਇੰਨਾ ਮਾੜੇ ਹਾਲਾਤ ਆ ਨਾ ਪੰਜਾਬ ਦੇ, ਉਹਨਾਂ ਵਿੱਚ ਸਾਡੀਆਂ ਸਰਕਾਰਾਂ ਨਾਲੋਂ ਜ਼ਿਆਦਾ ਇਹੋ ਜਿਹੇ ਲੋਕ ਜ਼ਿੰਮੇਵਾਰ ਨੇ ਜਿਹੜੇ ਕਿਸੇ ਨੂੰ ਚੰਗੀ ਤਰ੍ਹਾਂ ਕੰਮ ਨਹੀਂ ਕਰਨ ਦਿੰਦੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਲੋਕਾਂ ਦੇ ਇਹ ਜਿਹੜੇ, ਮੈਨੂੰ ਨਹੀਂ ਪਤਾ ਅਨਮੋਲ ਦਾ ਕਿਵੇਂ, ਮੈਂ ਆਪਣੇ ਅੱਖੀ ਉਹਨਾਂ ਦਾ ਕੰਮ ਦੇਖ ਕੇ ਆਈ ਸੀ ਅਨਮੋਲ ਦਾ। ਠੀਕ ਆ, ਉਹ ਕੰਮ ਕਰਦਾ ਮੁੰਡਾ, ਉਹਨੂੰ ਨਹੀਂ ਕੰਮ ਕਰਨ ਦਿੰਦੇ ਜਿਹੜਾ ਕਰਦਾ ਆ। ਬਾਕੀ ਪਤਾ ਨਹੀਂ ਹੁਣ ਉਹਦੇ ਜਿਵੇਂ ਵੀ ਹੋਣਗੇ, ਮੈਨੂੰ ਉਸ ਚੀਜ਼ ਤੱਕ ਲੈਣਾ, ਮੈਨੂੰ ਕਿਸੇ ਤੱਕ ਕੋਈ ਲੈਣਾ ਦੇਣਾ ਨਹੀਂ। ਫਿਰ ਕਿਸੇ ਨੇ ਰੁਪਿੰਦਰ ਦਾ ਬੇਅਦਬੀ ਦੇ ਨਾਲ ਉਹ ਕੀਤਾ, ਮੈਨੂੰ ਜਿੰਨਾ ਕੁ ਪਤਾ, ਮੈਂ ਕੇਸ ਨਹੀਂ ਪੜਿਆ, ਮੈਨੂੰ ਸਿਰਫ ਇੰਨਾ ਪਤਾ ਆ ਕਿ ਜਿੰਨਾ ਕੁ ਮੈਨੂੰ ਪਤਾ ਕਿ ਰੁਪਿੰਦਰ ਦਾ ਨਾਮ ਫਸਾਇਆ ਗਿਆ ਸੀਗਾ ਤੇ ਉਹ ਬਾਦਲਾਂ ਨੇ ਉਹਨੂੰ ਗਲਤ ਫਸਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਉਹਦਾ ਉਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਠੀਕ ਹੈ ਜੀ, ਤੇ ਠੀਕ ਆ, ਜਦੋਂ ਕੋਈ ਚੰਗੇ ਕੰਮ ਕਰਦੇ, ਮੈਂ ਤਾਂ ਆਪ ਬੋਲਦੀ ਹਾਂ, ਆਪਣੇ ਧਰਮਾਂ ਜਾਤਾਂ ਆਪਣੀਆਂ ਚੀਜ਼ਾਂ ਤੋਂ ਕਿਸੇ ਵੀ ਭਾਵਨਾਵਾਂ ਤੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਾਂ ਪੰਜਾਬ ਦੇ ਲਈ ਇਕੱਠੇ ਹੋ ਕੇ ਕੰਮ ਕਰੀਏ। ਜੇ ਅਸੀਂ ਇਕੱਠੇ ਹੋ ਕੇ ਪੰਜਾਬ ਦੀ ਖਾਤਰ ਕੰਮ ਨਹੀਂ ਕਰ ਸਕਦੇ, ਠੀਕ ਆ, ਫਿਰ ਤਾਂ ਲਾਹਨਤ ਆ ਸਾਡੇ ਤੇ। ਮੇਰੇ ਵੱਲੋਂ ਤਾਂ ਕੋਈ ਵੀ ਜੇ ਕੋਈ ਜੁਆਇੰਟ ਹੈਂਡ ਕਰੂਗਾ ਕਿ ਹਾਂਜੀ ਅਸੀਂ ਪੰਜਾਬ ਲਈ ਕੰਮ ਕਰਨਾ ਚਾਹੁੰਦੇ ਹਾਂ, ਤਾਂ ਮੈਂ ਓਬਵੀਅਸਲੀ ਉਸ ਇਨਸਾਨ ਦੇ ਨਾਲ ਰਲ ਕੇ ਕੰਮ ਕਰੂੰਗੀ, ਕਿਉਂਕਿ ਕੋਈ ਹੋਰ ਨਹੀਂ ਅੱਗੇ ਆ ਰਿਹਾ, ਕੋਈ ਤਾਂ ਅੱਗੇ ਆ ਰਿਹਾ। ਠੀਕ ਆ, ਪਹਿਲਾਂ ਤਾਂ ਮੇਰਾ ਸੱਚੀ ਕਹਿ ਰਹੀ ਹੈ, ਮੇਰੇ ਇੰਨਾ ਕੁ ਦਿਲ ਟੁੱਟ ਗਿਆ, ਮੈਂ ਕਹੀ ਆ ਮੈਂ ਕੀ ਕਰਨਾ ਜਾ ਕੇ, ਮੈਂ ਕੱਲ੍ਹ ਜਾਣਾ ਉੱਥੇ, ਹੈ ਨਾ, ਮੇਰਾ ਦਿਲ ਨਹੀਂ ਕਰ ਰਿਹਾ ਹੁਣ ਸੱਚੀ ਕੰਮਾਂ ਤਾਂ ਉੱਥੇ ਵੀ ਮੈਂ ਜਾਵਾਂ, ਮੈਨੂੰ ਕੀ ਲੋੜ ਪਈ ਆ। ਕਈ ਲੋਕਾਂ ਨੂੰ ਇਹ ਵੀ ਪ੍ਰੋਬਲਮ ਆ ਕਿ ਮੈਂ ਫੇਸਬੁੱਕ ਦੇ ਉੱਤੇ ਪੋਸਟ ਕਿਉਂ ਪਾਈਆਂ ਨੇ, ਹੁਣ ਉਹਨਾਂ ਦਾ ਦਿਮਾਗ ਇੰਨਾ ਕੰਮ ਨਹੀਂ ਕਰਦਾ, ਜੇ ਫੇਸਬੁੱਕ ਤੇ ਪੋਸਟ ਪਾਈਆਂ ਤਾਂ ਹੀ ਲੋਕ ਉੱਥੇ ਕੰਮ ਕਰਨ ਲਈ ਪਹੁੰਚ ਰਹੇ ਨੇ। ਅੱਜ ਪਤਾ ਹੀ ਨਹੀਂ ਕਿੰਨੇ ਕੁ ਲੋਕਾਂ ਦੀ ਜਿਹੜੇ ਹੈਗੇ ਆ ਮੈਨੂੰ ਕਾਲਸ ਆਈਆਂ, ਕੱਲ੍ਹ ਦੀਆਂ ਉੱਦਣ ਦੀਆਂ ਹੀ ਆ ਰਹੀਆਂ ਨੇ, ਜਦਕਿ ਮੈਂ ਆਪਣਾ ਨੰਬਰ ਨਹੀਂ ਦਿੱਤਾ ਹੋਇਆ ਹੈਲਪ ਦੇ ਲਈ, ਕਿ ਜੇ ਪੋਸਟ ਨਹੀਂ ਪਾਵਾਂਗੇ ਤਾਂ ਲੋਕਾਂ ਨੂੰ ਗਰਾਊਂਡ ਰਿਐਲਿਟੀ ਪਤਾ ਕਿਵੇਂ ਲੱਗੂਗੀ? ਸਾਡੇ ਜਿਹੜੇ ਫੇਸਬੁੱਕ ਪੇਜਿਸ ਆ, ਜਿਹੜਾ ਮੇਰਾ ਪੇਜ ਆ, ਮੈਂ ਤਾਂ ਇਹਨੂੰ ਇੱਕ ਅਖਬਾਰ ਦੀ ਤਰ੍ਹਾਂ ਵਰਤਦੀ ਹਾਂ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਠੀਕ ਹੈ ਜੀ, ਸੋ ਜੇ ਅਸੀਂ ਪੋਸਟ ਨਹੀਂ ਪਾਵਾਂਗੇ, ਲੋਕਾਂ ਨੂੰ ਪਤਾ ਨਹੀਂ, ਮਤਲਬ ਤੁਸੀਂ ਆਪ ਤਾਂ ਘਰੇ ਬੈਠੇ ਹੋ, ਆਪ ਤੁਸੀਂ ਕੋਈ ਕੰਮ ਕਰਨਾ ਨਹੀਂ, ਜਿਹੜਾ ਕੋਈ ਕੰਮ ਕਰਦਾ ਉਹਨੂੰ ਤੁਸੀਂ ਕਰਨ ਦਿੰਦੇ ਨਹੀਂ। ਦੂਜਾ, ਇੰਨੇ ਕੁ ਕਈ ਘਟੀਆ ਲੋਕ ਨੇ, ਇੰਨਾ ਕੁ ਘਟੀਆ ਬੋਲਦੇ ਨੇ ਨਾ, ਮੈਂ ਸੱਚੀ ਕਹਿੰਦੀ ਹਾਂ ਜੀ, ਮੈਥੋਂ ਤਾਂ ਨਹੀਂ ਹੁੰਦਾ, ਮੈਂ ਹੈਗੀ ਹਾਂ ਸਿੱਧੀ ਸੱਚੀ ਸਿੱਧੀ ਸਟ੍ਰੇਟ ਫਾਰਵਰਡ, ਮੇਰੇ ਅੰਦਰ ਨਾ ਤਾਂ ਡਿਪਲੋਮੈਸੀ ਆ, ਨਾ ਮੈਨੂੰ ਆਉਂਦੀ ਆ ਪੋਲੀਟਿਕਸ। ਮੈਨੂੰ ਕੋਈ ਮਦਦ ਲਈ ਕਹਿੰਦਾ ਆਪਾਂ ਚੁੱਪ ਕਰਕੇ ਅਗਲੇ ਦੀ ਮਦਦ ਕਰ ਦੇਈਦੀ ਆ। ਹੁਣ ਮੈਂ ਹਰੇਕ ਮਦਦ ਤਾਂ ਤੁਹਾਨੂੰ ਵੀ ਨਹੀਂ ਦਿਖਾ ਸਕਦੀ ਹੈਗੀ, ਲੋਕਾਂ ਨੂੰ ਵੀ, ਜਿਨ੍ਹਾਂ ਲੋਕਾਂ ਦੇ ਜਿਹੜੇ ਕੰਮ ਕਰਨੇ ਆ, ਹੁਣ ਜਿਹੜੇ ਲੋਕ ਮੈਨੂੰ ਫੋਨ ਕਰਕੇ ਮੇਰੇ ਕੋਲ ਕੋਰਟ 'ਚ ਮਦਦ ਲੈਣ ਆਉਂਦੇ, ਇਹ ਸਾਡੀ ਸਾਡਾ ਜਿਹੜਾ ਲੋਇਰਸ ਮੋਰਲ ਡਿਊਟੀ, ਸਾਡਾ ਜਿਹੜਾ ਐਕਟ ਆ, ਸਾਡੇ ਐਥਿਕਸ ਆ, ਉਹ ਕਹਿੰਦੇ ਆ ਕਿ ਅਸੀਂ ਆਪਣੇ ਕਲਾਇੰਟਸ ਲੋਕਾਂ ਨੂੰ ਦਿਖਾਉਣ, ਮੈਂ ਦਿਖਾ ਵੀ ਨਹੀਂ ਸਕਦੀ, ਨਾ ਮੈਂ ਦਿਖਾਵਾਂ। ਠੀਕ, ਮੈਂ ਸਿਰਫ ਉਹ ਕੰਮ ਦੀ ਪੋਸਟ ਕਦੇ ਪਾ ਦਿੰਦੀ ਹਾਂ ਜਿਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਕਿ ਲੋਕਾਂ ਦੇ ਸਾਥ ਦੀ ਲੋੜ ਆ। ਹੁਣ ਜੇ ਮੈਂ ਉਹਦੇ ਨਾਲ ਰਿਲੇਟਡ, ਹੜ੍ਹ ਨਾਲ ਰਿਲੇਟਡ ਪੋਸਟ ਪਾਈ ਉੱਥੇ ਖੜ ਕੇ, ਉਹ ਲੋਕਾਂ ਨਾਲ ਰਿਲੇਟਡ ਆ, ਕਿਉਂਕਿ ਉੱਥੇ ਲੋਕਾਂ ਦੀ ਮਦਦ ਦੀ ਲੋੜ ਆ। ਮੈਂ ਬਾਰ ਬਾਰ ਇਹ ਗੱਲ ਬੋਲ ਰਹੀ ਹਾਂ, ਉੱਥੇ ਰਾਸ਼ਨ ਬਹੁਤ ਹੋ ਚੁੱਕਿਆ, ਰਾਸ਼ਨ ਦੀਆਂ ਟਰਾਲੀਆਂ ਲੈ ਕੇ ਨਾ ਜਾਓ, ਉੱਥੇ ਸਾਨੂੰ ਦਵਾਈਆਂ ਦੀ ਲੋੜ ਆ, ਉੱਥੇ ਆਟੋਮੋਸ ਮੱਛਰ ਮਾਰਨ ਵਾਲੀਆਂ ਦਵਾਈਆਂ ਦੀ ਲੋੜ ਆ, ਉੱਥੇ ਲੋਕਾਂ ਨੂੰ ਕੱਪੜਿਆਂ ਦੀ ਲੋੜ ਆ। ਅੱਗੇ ਸਰਦੀਆਂ ਆ ਰਹੀਆਂ, ਜੇ ਕਿਸੇ ਨੇ ਦੇਣੇ ਆ, ਈਵਨ ਰੋਪੜ ਵੱਲੋਂ ਵੀ ਆਈ ਸੀ, ਜੇ ਰੋਪੜ 'ਚ ਵੀ ਕਿਸੇ ਨੇ ਮਦਦ ਕਰਨੀ ਆ, ਬਿਸਤਰੇ ਗਰਮ ਕੱਪੜੇ ਇਹਨਾਂ ਚੀਜ਼ਾਂ ਦੀ ਮਦਦ ਪਹੁੰਚਦੀ ਕਰੋ। ਪਹਿਲਾਂ ਅਸੀਂ ਸਿਰਫ 5-7 ਜਾਣੇ ਲੱਗੇ ਹੋਏ ਸੀ, ਉਦੋਂ ਬਾਅਦ ਵਿੱਚ ਅਸੀਂ 100 ਤੋਂ ਉੱਤੇ ਲੋਕ ਹੋ ਗਏ ਉੱਥੇ, ਵੀ ਹਾਂਜੀ ਇੱਕ ਕੁੜੀ ਕਰ ਰਹੀ ਹੈ ਤਾਂ ਅਸੀਂ ਕਿਉਂ ਨਹੀਂ। ਲੋਕ ਇਕੱਠੇ ਹੋ ਗਏ ਉਸ ਚੀਜ਼ ਨੂੰ ਦੇਖ ਕੇ, ਮੈਨੂੰ ਚੰਗਾ ਲੱਗਦਾ ਜਦੋਂ ਉੱਥੋਂ ਇੰਨਾ ਪਿਆਰ, ਇੰਨਾ ਹੌਸਲਾ ਹਰੇਕ ਨੇ ਆ ਕੇ ਐਪਰੀਸ਼ੀਏਟ ਕੀਤਾ, ਮੈਨੂੰ ਹੋਰ ਹੌਸਲਾ ਮਿਲਿਆ, ਮੈਂ ਪੋਸਟ ਸ਼ੇਅਰ ਕੀਤੀ ਖੁਸ਼ੀ ਖੁਸ਼ੀ, ਮੈਨੂੰ ਪਿੱਛੋਂ 4 ਕੁੜੀਆਂ ਦਾ ਹੋਰ ਫੋਨ ਆ ਗਿਆ, ਦੀਦੀ ਅਸੀਂ ਵੀ ਕੱਲ੍ਹ ਤੁਹਾਡੇ ਨਾਲ ਜਾਣਾ ਆ। ਆਹ ਚੀਜ਼ ਹੁੰਦੀ ਆ, ਇਹ ਪਰਪਸ ਸੀਗਾ ਮੇਰਾ ਜਿਹੜਾ ਪੋਸਟ ਪਾਉਣ ਦਾ, ਕਿ ਹਾਂ ਅਸੀਂ ਕਰਾਂਗੇ, ਸਾਨੂੰ ਦੇਖ ਕੇ ਹੋਰ ਲੋਕ ਕਰਦੇ ਆ। ਬਾਕੀ ਲੋਕ ਲਹਿਰ ਚਲਾਈ ਆ, ਜਿਹੜੇ ਲੋਕ ਚੰਗੇ ਨੇ, ਚੰਗੀ ਨੀਤ ਨਾਲ ਕੰਮ ਕਰਨਾ ਚਾਹੁੰਦੇ, ਠੀਕ ਆ। ਨਾ ਤਾਂ ਜੀ ਮੈਂ ਪਰਸਨਲੀ ਮਤਲਬ ਬਾਹਲਾ ਇਹਤੇ ਕਿਸੇ ਨੂੰ ਵਿਚਰੀ ਹਾਂ, ਨਾ ਮੈਂ ਜ਼ਿਆਦਾ ਕਿਸੇ ਨੂੰ ਜਾਣਦੀ ਹਾਂ। ਹਾਂ ਮੈਂ ਅਮਰਿੰਦਰ ਘੁੰਮਣਾ, ਉਹਨਾਂ ਨਾਲ ਸਾਡੇ ਫੈਮਿਲੀ ਰਿਲੇਸ਼ਨ ਆ, ਉਹਨਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ।
ਮੁਕੰਦ ਸਿੰਘ ਮਾਨ ਅੰਕਲ ਨੇ ਉਹਨਾਂ ਨਾਲ ਮੇਰਾ ਵਧੀਆ ਹੈਗਾ ਆ, ਉਹਨਾਂ ਨੂੰ ਜਾਣਦੀ ਆ। ਮੈਂ ਗੁਰਪ੍ਰੀਤ ਮਿੰਟਾ ਵੀਰਾ ਉਹਨਾਂ ਨੂੰ ਜਾਣਦੀ ਹਾਂ ਕਿਉਂਕਿ ਮੇਰੇ ਵੀਰੇ ਦੇ ਫਰੈਂਡ ਆ। ਹੋਰ ਨਾ ਤਾਂ ਮੈਂ ਕਿਸੇ ਸੋਸ਼ਲ ਵਰਕਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ, ਨਾ ਮੇਰੀ ਕੋਈ ਜਾਣ ਪਛਾਣ ਆ। ਕੋਈ ਪੰਜਾਬ ਲਈ ਕੰਮ ਕਰਦਾ ਆ, ਮੈਨੂੰ ਲੱਗਦਾ ਕਿ ਸਾਰੇ ਸੋਸ਼ਲ ਵਰਕਰ ਆ ਇਕੱਠੇ ਹੋ ਕੇ ਕੰਮ ਕਰਦੇ ਆ, ਕੰਮ ਕਰਨਾ ਚਾਹੀਦਾ। ਅਤੇ ਮੈਨੂੰ ਕਈ ਵਾਰ ਇਹ ਵੀ ਲੱਗਦਾ ਆ ਕਿ ਜਦੋਂ ਸਾਰੇ ਸੋਸ਼ਲ ਵਰਕਰ ਜਾਂ ਸੋਸ਼ਲ ਐਕਟੀਵਿਸਟ ਇੱਕ ਪਲੇਟਫਾਰਮ 'ਤੇ ਕੰਮ ਕਰਦੇ ਆ, ਸਰਕਾਰਾਂ ਨੂੰ ਡਰ ਪੈ ਜਾਂਦਾ ਕਿਉਂਕਿ ਉਹ ਆਪ ਕੰਮ ਕਰਦੀਆਂ ਨੀਗੀਆਂ, ਤੋ ਵਿੱਚ ਘਟੀਆ ਲੋਕਾਂ ਨੂੰ ਵਾੜ ਕੇ ਉਹ ਸਾਡੇ ਹੌਸਲੇ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰਦੇ, ਸਾਨੂੰ ਆਪਸ 'ਚ ਵੀ ਤੋੜਨ ਦੀ ਕੋਸ਼ਿਸ਼ ਕਰਦੇ ਆ। ਸੋ ਆਈ ਡੋਂਟ ਕੇਅਰ ਜਿਹਨੇ ਜੋ ਬੋਲਣਾ ਆ। ਸੋ ਮੇਰਾ ਮਕਸਦ ਇਹੀ ਸੀਗਾ ਕਿ ਮੈਂ ਦੱਸ ਸਕਾਂ ਕਿ ਕੀ ਸਿਚੁਏਸ਼ਨ ਆ। ਦੂਜੀ ਗੱਲ ਆ ਜੀ, ਅਗੇਨ ਰਿਕੁਐਸਟ ਆ, ਜਿਹੜੇ ਵੀ ਹੜ੍ਹ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਆ, ਹੁਣ ਜਿਹਨਾਂ ਨੇ ਮਦਦ ਕਰਨੀ ਆ, ਰਾਸ਼ਨ ਨਾਲੋਂ ਜ਼ਿਆਦਾ ਜੀ ਬਿਸਤਰੇ ਅਤੇ ਜਿਹੜੇ ਗਰਮ ਕੱਪੜੇ ਆ ਉਹਨਾਂ 'ਤੇ ਧਿਆਨ ਦਿਓ, ਕਿਉਂਕਿ ਸਾਰਾ ਕੁਛ ਉਹਨਾਂ ਦਾ ਖਰਾਬ ਹੋ ਚੁੱਕਿਆ ਆ। ਹੁਣ ਆਪਣਾ ਜਿਹੜਾ ਮਕਸਦ ਆ, ਪੈਸੇ ਨਾ ਇਕੱਠੇ ਕਰੋ, ਕਿਤੇ ਪੈਸੇ ਦੇਣ ਨਾਲੋਂ ਤੁਸੀਂ ਬਿਸਤਰੇ ਇਕੱਠੇ ਕਰੋ, ਠੀਕ ਹੈ ਜੀ। ਅਤੇ ਆਪਣਾ ਕੀ ਕਹਿੰਦੇ ਆ, ਦਵਾਈਆਂ, ਮੱਛਰਦਾਨੀਆਂ, ਇਹਨਾਂ ਚੀਜ਼ਾਂ ਦੀ ਉੱਥੇ ਹੁਣ ਜ਼ਿਆਦਾ ਲੋੜ ਆ। ਦੂਜੀ ਗੱਲ ਆ ਜੀ, ਜੇ ਕਿਸੇ ਨੇ ਵਾਕੀ ਹੋਰ ਮਦਦ ਕਰਨੀ ਆ, ਤਾਂ ਜੇ ਹੋ ਸਕਦਾ ਆ ਆਪਣਾ ਕੀ ਬੋਲਦੇ ਉਹਨੂੰ, ਹਾਂ, ਸੈਂਡ ਬੈਗਸ, ਮਿੱਟੀ ਦੀਆਂ ਥੈਲੀਆਂ ਭਰ ਕੇ ਉੱਥੇ ਪਹੁੰਚਦੀਆਂ ਕਰੋ, ਉਹਨਾਂ ਦੀ ਬਹੁਤ ਜ਼ਿਆਦਾ ਲੋੜ ਆ। ਕਿਉਂਕਿ ਜੇ ਅਸੀਂ ਪਾਣੀ ਨਹੀਂ ਰੋਕ ਪਾਵਾਂਗੇ ਤਾਂ ਫਿਰ ਆਪਾਂ ਬਚਾ ਵੀ ਨਹੀਂ ਸਕਾਂਗੇ, ਅੱਗੋਂ ਹੋਰ ਨੁਕਸਾਨ ਹੁੰਦਾ ਰਹੂਗਾ। ਸੋ ਆਪਾਂ ਉਹ ਪਾਣੀ ਆ ਜਿਹੜਾ ਉਹ ਨਿਕਲ ਰਿਹਾ, ਉਹ ਬੰਨ ਟੁੱਟਿਆ ਹੋਇਆ, ਉਹਨੂੰ ਬੰਨਣਾ ਆ, ਅਤੇ ਪ੍ਰਸ਼ਾਸਨ ਕਹਿ ਰਿਹਾ ਮਹੀਨਾ ਲੱਗੂ, ਸੋ ਉਸ ਪਾਸੇ ਕੰਸਨਟ੍ਰੇਟ ਕਰੀਏ। ਅਤੇ ਬਾਕੀ ਜਿਨ੍ਹਾਂ ਨੇ ਬੋਲਣਾ ਆ ਜੀ, ਬੋਲੀ ਚਲੋ, ਅਸੀਂ ਨਹੀਂ ਪਰਵਾਹ ਕਰਦੇ, ਅਸੀਂ ਕੰਮ ਕਰਦੇ ਹਾਂ, ਕਰਦੇ ਰਹਾਂਗੇ। ਬਿਨਾਂ ਸੋਚੇ ਸਮਝੇ ਵਕੀਲ ਸਿਮਰਨਜੀਤ ਕੌਰ ਬਾਰੇ ਬੋਲਣ ਵਾਲਿਆਂ ਨੂੰ ਸਿਮਰਨ ਨੇ ਠੋਕ ਕੇ ਜਵਾਬ ਦਿੱਤਾ ਹੈ, ਤੇ ਨਾਲ ਹੀ ਉਹਨਾਂ ਹੜ੍ਹ ਪੀੜਤਾਂ ਲਈ ਮਦਦ ਲਈ ਜ਼ਰੂਰਤਮੰਦ ਚੀਜ਼ਾਂ ਦੇਣ ਦੀ ਅਪੀਲ ਕੀਤੀ। ਬਿਊਰੋ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।